ਆਮ ਆਦਮੀ ਪਾਰਟੀ ਅਸਤੀਫਿਆਂ ਦੇ ਫੇਰ 'ਚ ਫਸ ਗਈ ਹੈ। ਜਿੱਥੇ ਬੀਤੇ ਦਿਨੀ ਐੱਚ ਐੱਸ ਫੁਲਕਾ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਤਾਂ ਉੱਥੇ ਹੀ ਬਾਗੀ ਵਿਧਾਇਕ ਜਾਂ ਪਾਰਟੀ ਤੋਂ ਸਸਪੈਂਡ ਕੀਤੇ ਗਏ। ਸੁਖਪਾਲ ਖਹਿਰਾ ਨੇ ਵੀ ਅੱਜ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ, ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਲਗਾਤਾਰ ਭੱਗ ਗਈ ਹੈ। ਪਹਿਲਾਂ ਫੁਲਕਾ, ਹੁਣ ਖਹਿਰਾ ਨੇ ਦਿੱਤਾ ਅਸਤੀਫਾ। ਆਪ ਅੰਦਰ ਮਚਿਆ ਘਮਸਾਨ, ਖਤਮ ਹੋਣ ਦੀ ਕਗਾਰ ਤੇ ਪਹੁੰਚੀ ਆਪ। ਆਮ ਆਦਮੀ ਪਾਰਟੀ ਦੇ ਅੰਦਰ ਅਸਤੀਫੇ ਦਾ ਦੌਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਬੀਤੇ ਦਿਨ ਜਿੱਥੇ ਐੱਚ ਐੱਸ ਫੁਲਕਾ ਵੱਲੋਂ ਪਾਰਟੀ ਨੂੰ ਅਲਵਿਦਾ ਕਰ ਆਪ ਨੂੰ ਵੱਡਾ ਝਟਕਾ ਦਿੱਤਾ ਸੀ ਤਾਂ ਉੱਥੇ ਹੀ ਹੁਣ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਖਹਿਰਾ ਨੇ ਆਖਰ ਪਾਰਟੀ ਨੂੰ ਪੱਕੀ ਅਲਵਿਦਾ ਕਹਿ ਦਿੱਤੀ ਹੈ। ਖਹਿਰਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ, ਜਿਸ ਦੇ ਚੱਲਦਿਆਂ ਹੁਣ ਐੱਚ ਐੱਸ ਫੁਲਕਾ ਤੋਂ ਬਾਅਦ ਆਪ ਦੇ ਦੂਜੇ ਸੀਨੀਅਰ ਲੀਡਰ ਖਹਿਰਾ ਨੇ ਪਾਰਟੀ ਨੂੰ ਅਲਵਿਦਾ ਆਖਿਆ ਅਤੇ ਮੰਨਿਆ ਇਹ ਵੀ ਜਾ ਰਿਹਾ ਹੈ ਕਿ ਅਸਤੀਫਿਆਂ ਦੇ ਫੇਰ 'ਚ ਹੋਰ ਵੀ ਕਈ ਵਿਧਾਇਕ ਆਪ ਤੋਂ ਅਸਤੀਫਾ ਦੇ ਸਕਦੇ ਨੇ। ਉੱਥੇ ਹੀ ਆਪ ਤੇ ਅਸਤੀਫਿਆਂ 'ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਵਿਰੋਧੀ ਪਾਰਟੀਆਂ ਨੇ ਜਿੱਥੇ ਅਸਤੀਫਿਆਂ ਨੂੰ ਲੈ ਕੇ ਆਪ 'ਤੇ ਜੰਮ ਕੇ ਨਿਸ਼ਾਨੇ ਸਾਧੇ ਤਾਂ ਉੱਥੇ ਖਹਿਰਾ ਨੂੰ ਪਾਰਟੀ ਬਦਲੂ ਆਖਣ 'ਚ ਵੀ ਕੋਈ ਕਸਰ ਨਹੀਂ ਛੱਡੀ। ਪਾਰਟੀ ਨੇ ਆਪਣੀ ਸਾਰੀ ਸੋਚ, ਆਈਡੀਓਲੋਜੀ ਝੂਠੀ ਜਿਹੜੀ ਆ ਉਹ ਛੱਡ ਦਿੱਤੀ ਹੈ। ਲੋਕ ਆਮ ਆਦਮੀ ਪਾਰਟੀ ਤੋਂ ਪਿੱਛੇ ਹਟ ਗਏ ਆ, ਕਿਉਂਕਿ ਉਸ ਤੋਂ ਬਾਅਦ ਜਿਹੜੇ ਬਾਈ ਇਲੈਕਸ਼ਨ ਹੋਏ ਆ, ਚਾਹੇ ਉਹ ਪਾਰਲੀਮੈਂਟ ਦੇ ਆ, ਚਾਹੇ ਉਹ ਵਿਧਾਨ ਸਭਾ ਦੇ ਹੋਏ ਆ, ਚਾਹੇ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ, ਚਾਹੇ ਪੰਚਾਇਤੀ ਚੋਣਾਂ ਹੋਈਆਂ, ਮਤਲਬ ਡੱਬੇ ਖਾਲੀ ਕਰਤੇ ਪਬਲਿਕ ਨੇ ਪੰਜਾਬ ਦੀ ਨੇ, ਆਮ ਆਦਮੀ ਪਾਰਟੀ ਦੇ। ਸੋ ਥੱਲਿਓਂ ਬੇਸ ਨਿਕਲ ਗਿਆ। ਇਸ ਕਰਕੇ ਹੁਣ ਚਾਹੇ ਉਹ ਫੂਲਕਾ ਸਾਹਿਬ ਦੀ ਗੱਲ ਕਰ ਲਈਏ, ਚਾਹੇ ਉਹ ਸੁਖਪਾਲ ਸਿੰਘ ਖਹਿਰਾ ਦੀ ਗੱਲ ਕਰ ਲਈਏ, ਹੁਣ ਡੁੱਬਦੀ ਕਿਸ਼ਤੀ ਵਿੱਚੋਂ ਛਾਲਾਂ ਮਾਰ ਰਹੇ ਆ। ਅਤੇ ਸੁਖਪਾਲ ਸਿੰਘ ਖਹਿਰਾ ਦਾ ਤਾਂ ਵੈਸੇ ਹੀ ਤੁਹਾਨੂੰ ਪਤਾ ਹੀ, ਉਹ ਜ਼ਿਆਦਾ ਦੇਰ ਤੱਕ ਕਿਤੇ ਕੱਢਦੇ ਨਹੀਂ। ਆ 2 ਸਾਲ ਕੱਢ ਗਏ ਆਮ ਆਦਮੀ ਪਾਰਟੀ 'ਚ, ਬੜੀ ਵੱਡੀ ਗੱਲ ਆ। ਅਦਰਵਾਈਜ਼ ਤਾਂ ਉਹ ਅਲੱਗ ਅਲੱਗ ਇੱਦਾਂ ਦਾ ਟੇਸਟ ਦੇਖਦੇ ਰਹਿੰਦੇ ਆ। ਸੋ ਉਹਨਾਂ ਨੇ ਅਸਤੀਫਾ ਦੇ ਦਿੱਤਾ, ਇਹ ਕੋਈ ਨਵੀਂ ਗੱਲ ਨਹੀਂ, ਜ਼ਿੰਮੇਵਾਰੀਆਂ ਤੋਂ ਭੱਜ ਜਾਂਦੇ ਆ। ਇਹ ਜ਼ਿੰਮੇਵਾਰੀ ਤੋਂ ਭੱਜੇ ਆ, ਲੋਕਾਂ ਨੇ, ਭਲੱਥ ਦੇ ਲੋਕਾਂ ਨੇ ਬੜੀ ਇਮਾਨਦਾਰੀ ਨਾਲ, ਬੜੀ ਉਮੀਦ ਦੇ ਨਾਲ ਸੁਖਪਾਲ ਸਿੰਘ ਖਹਿਰਾ ਨੂੰ MLA ਬਣਾਇਆ ਕਿ ਤਾਂ ਕਿ ਉਹ ਲੋਕਾਂ ਦੀਆਂ ਉੱਥੇ ਹਲਕੇ ਦੀਆਂ ਮੁਸ਼ਕਲਾਂ ਨੂੰ ਦੇਖਣਗੇ, ਉਹਨਾਂ ਦਾ ਹੱਲ ਕੱਢਣਗੇ। ਲੇਕਿਨ ਉਹ ਹੱਲ ਕੱਢਣ ਦੀ ਬਜਾਏ ਉਹ ਆਪਣੀ ਜ਼ਿੰਮੇਵਾਰੀ ਤੋਂ ਦੌੜ ਗਏ ਆ। ਕਹਤੇ ਕਿ ਦੇਖੀ ਕੇਜਰੀਵਾਲ ਸਾਹਿਬ ਕੀ ਯਾਰੀ, ਪਿਛੜੇ ਸਭੀ ਬਾਰੀ ਬਾਰੀ, ਪਹਿਲੇ MP 4 ਚੋਂ 2 ਹੋ ਗਏ, ਫਿਰ MLA ਅੱਧੇ ਅੱਧੇ ਹੋ ਗਏ, ਹੁਣ ਇੱਕ ਤੋਂ ਬਾਅਦ ਇੱਕ ਵਿਕਟਾਂ ਡਿਗਰੀਆਂ ਸ਼ੁਰੂ ਹੋ ਗਈਆਂ। ਔਰ ਖਹਿਰਾ ਸਾਹਿਬ ਇਸ ਗੱਲ ਤੋਂ ਬੜੇ ਆਹਤ ਹੈ ਕਿ ਆਪਣੀ ਭਰਜਾਈ ਨੂੰ ਪੰਚਾਇਤ ਦਾ ਇਲੈਕਸ਼ਨ ਲੜਾਇਆ ਤੇ ਜ਼ਮਾਨਤ ਜ਼ਬਤ ਹੋ ਗਈ। ਇਹ ਜ਼ਮਾਨਤ ਜ਼ਬਤ ਪਾਰਟੀ ਤੇ ਜ਼ਮਾਨਤ ਜ਼ਬਤ ਲੋਕ ਜਿਹੜੇ ਇਕੱਠੇ ਹੋਏ ਆ, ਮੈਂ ਇਹ ਸਮਝਦਾ ਕਿ ਖਹਿਰਾ ਸਾਹਿਬ ਨੂੰ ਪਹਿਲੇ MLA ਸਾਹਿਬ ਤੋਂ ਅਸਤੀਫਾ ਦੇਣਾ ਚਾਹੀਦਾ ਸੀ, ਫਿਰ ਪਰਮਨੈਂਟ ਮੈਂਬਰਸ਼ਿਪ ਤੋਂ ਅਸਤੀਫਾ ਦੇਣਾ ਚਾਹੀਦਾ ਸੀ। ਕਿਤੇ ਨਾ ਕਿਤੇ ਉਹਨਾਂ ਦਾ ਲਾਲਚ ਬੋਲਦਾ ਕਿ ਮੈਂ ਆਮ ਆਦਮੀ ਪਾਰਟੀ ਦੇ ਛੱਡ ਦਿਆਂ ਪਰ MLA ਤੋਂ ਬਚ ਜਾਵਾਂ, ਪਰ ਬਚਿਆ ਜਾਣਾ ਨਹੀਂ ਮਿੱਤਰਾ। ਫਸ ਗਈ ਜਾਨ ਸ਼ਿਕੰਜੇ ਅੰਦਰ, ਜੂ ਵੇਲਣ ਵਿੱਚ ਗੰਨਾ, ਕਹਿ ਰੋ ਨੂੰ ਤੂੰ ਬਾਹਰ ਨਿਕਲੇ ਤੇ ਮੰਨਾ, ਹੁਣ ਬਾਹਰ ਨਿਕਲੇ ਜਾਣਾ। ਇਹ ਸਾਰੇ ਹੀ MLA ਤੋਂ ਵੀ ਜਾਣਗੇ ਔਰ ਪਾਰਟੀ ਤੋਂ ਵੀ ਜਾਣਗੇ। ਉੱਧਰ ਅਸਤੀਫੇ ਨੂੰ ਲੈ ਕੇ ਸਿਆਸਤ ਸਿਰਫ ਵਿਰੋਧੀਆਂ 'ਚ ਹੀ ਨਹੀਂ ਪੱਖੀ, ਆਪ ਦੇ ਅੰਦਰ ਵੀ ਪੱਖੀ ਹੈ। ਆਪ ਤੋਂ ਸਾਂਸਦ ਭਗਵਤ ਮਾਨ ਦੀ ਮੰਨੀਏ ਤਾਂ ਉਹਨਾਂ ਨੇ ਖਹਿਰੇ 'ਤੇ ਨਿਸ਼ਾਨੇ ਸਾਧਣ 'ਚ ਕੋਈ ਕਸਰ ਨਹੀਂ ਛੱਡੀ।
ਭਗਵੰਤ ਮਾਨ ਨੇ ਜਿੱਥੇ ਖਹਿਰਾ ਦੇ ਵਿਧਾਇਕ ਅਹੁਦੇ 'ਤੇ ਸਵਾਲ ਚੁੱਕੇ ਤਾਂ ਉੱਥੇ ਕਿਹਾ ਕਿ ਖਹਿਰਾ ਜਿਸ ਵੀ ਪਾਰਟੀ 'ਚ ਰਹੇ ਹਮੇਸ਼ਾ ਉਸਦੇ ਖਿਲਾਫ਼ ਬੋਲਦੇ ਰਹੇ ਅਤੇ ਹੁਣ ਵੀ ਖਹਿਰਾ ਇਹੀ ਕਰ ਰਹੇ ਨੇ। ਨਹੀਂ, ਪ੍ਰਾਇਮਰੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਹੈ, MLA ਤੋਂ ਕਿਉਂ ਨਹੀਂ ਦਿੰਦੇ ਉਹ? ਉਸੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣਗੇ, ਪਰ ਉਸੇ ਪਾਰਟੀ ਦੇ ਚੋਣ ਨਿਸ਼ਾਨ 'ਤੇ ਜਿੱਤ ਕੇ ਜਿਹੜਾ MLA ਦਾ ਅਹੁਦਾ ਮਿਲਿਆ ਉਹ ਅਹੁਦਾ ਕਿਉਂ ਨਹੀਂ ਛੱਡ ਰਹੇ? ਇੱਥੇ ਤਾਂ ਸਿੱਧਾ ਸਾਬਤ ਹੁੰਦਾ ਕਿ ਉਹ ਕੁਰਸੀ ਜਿਹੜੀ ਹੈ ਉਹ ਛੱਡਣੀ ਨਹੀਂ ਚਾਹੁੰਦੇ ਅਤੇ ਲੋਕਾਂ ਨਾਲ ਨੂੰ ਦੁਬਾਰਾ ਫੇਸ ਨਹੀਂ ਕਰਨਾ ਚਾਹੁੰਦੇ, ਕਿਉਂਕਿ ਉਹਨਾਂ ਨੂੰ ਪਤਾ ਕਿ ਜੇ ਮੈਂ 2022 'ਚ ਜਾਊਂਗਾ ਤਾਂ ਮੈਨੂੰ ਉਹ ਜਿੱਤ ਨਹੀਂ ਮਿਲੂਗੀ ਕਿਸੇ ਹੋਰ ਚੋਣ ਨਿਸ਼ਾਨ 'ਤੇ। ਸੋ ਇਸ ਕਰਕੇ ਪ੍ਰਾਇਮਰੀ ਮੈਂਬਰਸ਼ਿਪ ਉਸੇ ਪਾਰਟੀ ਦੀ ਛੱਡਣੀ ਚਾਹੁੰਦੇ ਨੇ, ਪਰ ਉਸੇ ਪਾਰਟੀ ਦੁਆਰਾ ਦਿੱਤਾ ਗਿਆ ਜਿਹੜਾ ਚੋਣ ਨਿਸ਼ਾਨ ਉਹਦੇ ਦੁਆਰਾ ਮਿਲਿਆ ਹੋਇਆ ਅਹੁਦਾ ਨਹੀਂ ਛੱਡਣਾ ਚਾਹੁੰਦੇ। ਸੋ ਇਸ ਕਰਕੇ ਆ ਪ੍ਰਾਇਮਰੀ ਮੈਂਬਰਸ਼ਿਪ ਛੱਡ ਕੇ ਮੈਂ ਕੋਈ ਨਾਲੇ ਤਾਂ ਕਹਿੰਦੇ ਨੇ ਮੇਰੇ ਲਈ ਕੋਈ ਅਹੁਦਾ ਨਹੀਂ, ਮੈਂ ਨਹੀਂ ਰੱਖਦਾ, ਮੈਂ ਲੱਤ ਮਾਰਦਾ। ਫਿਰ MLA ਛੱਡ ਕੇ ਪਾਰਟੀ ਨਵੀਂ ਬਣਾਓ ਅਤੇ ਆਪਦੀ ਨਵੀਂ ਪਾਰਟੀ ਦੇ ਚੋਣ ਨਿਸ਼ਾਨ 'ਤੇ ਲੜ ਕੇ ਦੁਬਾਰਾ ਜਿੱਤੋ। ਕੋਈ ਚਾਂਸ ਛੱਡ ਰਹੇ ਨੇ ਤਾਂ ਪਾਰਟੀ 'ਚ ਦੁਬਾਰਾ ਆਉਣ ਦੇ? ਹਰ ਰੋਜ਼ ਗਾਲਾਂ ਕੱਢਦੇ ਆ, ਕਦੇ ਭਗਵੰਤ ਮੈਨੂੰ ਕਹਿੰਦੇ ਮਸਖਰਾ, ਮੈਂ ਲੋਕ ਸਭਾ ਚੁਟਕਲੇ ਸੁਣਾਉਣਾ, ਉਹ ਕਹਿੰਦੇ ਫਲਾਣੇ ਨੇ ਕਿਹਾ ਸੀ ਤਾਂ। ਸੋ ਉਹਨਾਂ ਦੀ ਆਪਦੀ ਕੋਈ ਆਈਡੀਓਲੋਜੀ ਨਹੀਂ, ਕੋਈ ਸੋਚ ਨਹੀਂ। ਪਹਿਲਾਂ ਕਾਂਗਰਸ ਦੇ ਵਿੱਚ ਵਿਰੋਧੀ ਫਿਤਰਤ ਇਹੀ ਸੀ, ਜਦੋਂ ਕਾਂਗਰਸ ਹੁੰਦੇ ਸੀ ਤਾਂ ਉਸ ਵੇਲੇ ਦੀ ਮੁੱਖ ਵਿਰੋਧੀ ਧਿਰ ਅਕਾਲੀ ਦਲ ਅਤੇ BJP ਹੁੰਦੀ ਸੀ, ਕਦੇ ਉਹਦੇ ਵਿਰੁੱਧ ਨਹੀਂ ਬੋਲੇ, ਸਿਰਫ ਆਪਦੇ ਲੀਡਰਾਂ ਦੇ ਵਿਰੁੱਧ ਬੋਲਦੇ ਰਹੇ ਕਾਂਗਰਸ ਦਿਆਂ ਦੇ। ਇਹੀ ਕੰਮ ਇੱਧਰ ਆ ਕੇ ਕਰਨ ਲੱਗ ਗਏ, ਸੋ ਇਹਨਾਂ ਦੀ ਫਿਤਰਤ ਹੈ। ਜ਼ਿਕਰੇ ਖਾਸ ਦੇ ਕੇ ਖਹਿਰਾ ਨੇ ਕੁਝ ਵਿਧਾਇਕਾਂ ਨੂੰ ਨਾਲ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਪਾਰਟੀ ਦੀ ਹਾਈਕਮਾਨ ਖਿਲਾਫ਼ ਮੋਰਚਾ ਖੋਲ੍ਹਿਆ ਹੋਇਆ ਸੀ, ਇਸ ਲਈ ਉਹਨਾਂ ਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ ਸੀ। ਉਹਨਾਂ ਨੇ ਜਲਦ ਹੀ ਨਵੀਂ ਪਾਰਟੀ ਬਣਾਉਣ ਦਾ ਵੀ ਐਲਾਨ ਕੀਤਾ ਹੈ, ਜਿਸ ਤੋਂ ਹੁਣ ਸਪਸ਼ਟ ਹੋ ਜਾਂਦਾ ਹੈ ਕਿ ਖਹਿਰਾ ਆਪਣੀ ਨਵੀਂ ਪਾਰਟੀ ਨਾਲ ਸਿਆਸੀ ਮੈਦਾਨ 'ਚ ਉਤਰਨਗੇ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼।